हेलो फ्रेंड्स, वेलकम टू माय चैनल। और कैसे हो आप सब? ठीक हो? तो घर का काम हो चुका है सारा ख़त्म, तो थोड़ी देर में अभी निकलेंगे मार्केट। वहाँ से कुछ घर का सामान लेना है, कढ़ाई वगैरह जैसे कि चम्मच, तो कुछ और भी सामान था तो वो लेकर आएंगे। धूप बहुत है बाहर। ये लोहे की कढ़ाई आ गई है जी। ते लोहे तो इलावा अपने को केड़ी केड़ी होंगी है चीजा तातू? अच्छा जी, पित्तल दी, तांबे दी, लोहे दी, ते मतलब हर एक तरह का तुहाडे को पिया मटीरियल? ठीक है ठीक है, ते देख लो फिर मैडम तुसी ए साइज देख लो वाला, देख लो तुसी, देख लो पईयां नकड़ाईयां पिछे मेरे दिखाए, थोड़ी जी छोटी दिखाए मैडम जी। हाँ जी फ्रेंड्स, जब मैं शॉप पे इस भाई साहब को 200 का नोट दिया और मुस्कुरा के बोले अरे गांधी के सर पे तो बाल नहीं है, तो मैंने फिर दूसरा नोट निकाल के दिया, तो उस नोट को देख के खुश होके कहने हाँ काफी अच्छे।
ਪਹਿਲਾਂ ਇਹ ਚੱਲਿਆ ਕਰਦੇ ਸੀਗੇ ਪਿੱਤਲ ਦੇ धातु चलती सी इनका फायदा बहुत हुंदा सीगा। ਇਹ ਕੀ ਚੀਜ਼ ਪਈ ਹੈ? ਇਹ ਚੱਕਲਾ ਚੰਦ। ਅੱਛਾ, ਇੱਥੇ ਰੱਖੋ ਯਾਰ, ਨਵੀਆਂ ਨਵੀਆਂ ਆਈਟਮਾਂ ਨੇ ਤੁਹਾਡੇ ਕੋਲ ਵੀ। ਆਹ ਦੇਖੋ ਜੀ ਚੱਕਲਾ, ਇਹਦਾ ਬੇਲਣਾ ਕਿਹੜਾ? ਅੱਛਾ, ਬੇਲਣਾ ਆਮ ਹੈ। ਦੇਖੀ ਇਹ ਠੀਕ ਹੈ? ਸਟੈਂਡ ਵਾਲੇ ਦਾ ਮਤਲਬ ਇਹ ਆ, ਜਿਹੜਾ ਚੱਕਲਾ ਹੈਗਾ ਇਹ ਫਿਸਲਦਾ ਨਹੀਂ ਹੈਗਾ, ਹੈ ਮੈਡਮ ਜੀ? ਇਹੀ ਕੰਮ ਹੈ ਨਾ, ਫਿਸਲਦਾ ਨਹੀਂ ਹੈਗਾ। ਠੀਕ ਹੈ, ਠੀਕ ਹੈ ਉਸਤਾਦ ਜੀ, ਤੁਹਾਡਾ ਫਿਰ ਰੋਟੀ ਦਾ ਟਾਈਮ ਹੋ ਗਿਆ ਹੋਣਾ, ਤੇ ਤੁਸੀਂ ਰੋਟੀ ਛਕੋ, ਤੁਹਾਡੀ ਬੜੀ ਮਿਹਰਬਾਨੀ। ਇਹਦਾ ਪ੍ਰਾਈਸ ਦੱਸੋ ਜੀ। ਨਹੀਂ, ਇਸ ਤੋਂ ਵਧੀਆ ਵੀ ਹੋਰ ਵੀ ਹੁੰਦਾ ਕਿ ਇਹੀ ਵਧੀਆ? ਸਭ ਤੋਂ ਵਧੀਆ ਇਹ ਹੈ। ਅੱਛਾ, ਰੰਗ ਇਹੀ ਹੋਏਗਾ? ਅੱਛਾ ਅੱਛਾ, ਠੀਕ ਹੈ। ਚਲੋ ਬਾਜ਼ਾਰ ਸੇ ਲੇਕਰ ਆਏ ਹੈ ਜੀ ਲੋਹੇ ਕੀ ਕੜਾਈ। ਇਸਮੇ ਨਾ ਜਬ ਹਮ ਭਿੰਡੀ ਕਰੇਲੇ ਕੋਈ ਵੀ ਸਬਜ਼ੀ ਬਨਾਤੇ ਹੈ ਨਾ, ਬਹੁਤ ਅੱਛੀ ਬਨਤੀ ਹੈ, ਜੈਸੇ ਲੰਗਰ ਮੇ ਬਨਤੀ ਹੈ ਨਾ। ਇਸਕੋ ਧੋਏਂਗੇ ਤੋ ਬਾਕੀ ਨਾ ਮੇਰਾ ਮੂਡ ਖਰਾਬ ਹੋ ਗਿਆ। ਵਹਾਂ ਨਾ ਇੱਕ ਬਜ਼ੁਰਗ ਬਾਬਾ ਖੜੇ ਥੇ, ਤੋ ਉਹਨੇ ਸ਼ਾਇਦ ਕੁਛ ਖਾਣਾ ਥਾ, ਤੋ ਚੀਜ਼ੋ ਕੋ ਦੇਖ ਰਹੇ ਥੇ ਜਹਾਂ ਸੇ ਹਮਨੇ ਸਮਾਨ ਖਰੀਦਾ, ਠੰਡਾ ਵਗੈਰਾ, ਚਿਪਸ ਵਗੈਰਾ। ਤੋ ਹਮਨੇ ਪੁੱਛਾ ਉਨਕੋ ਬਾਬਾ ਜੀ ਕੋ, ਪਹਿਲੇ ਤੋ ਵੋ ਬੋਲਤੇ ਹਮਨੇ ਪਾਣੀ ਪੀਣਾ ਹੈ, ਫਿਰ ਪਾਣੀ ਪਿਲਾਇਆ ਅੰਦਰ ਸੇ, ਫਿਰ ਪੁੱਛਾ ਉਨਕੋ ਆਪ ਕਿਆ ਖਾਓਗੇ, ਤੋ ਬਾਬਾ ਜੀ ਬੋਲਤੇ ਹੈ ਮੁਝੇ ਨਾ ਕੋਈ ਮਿੱਠੀ ਚੀਜ਼ ਖਾਣੀ ਹੈ। ਤੋ ਹਮਨੇ ਗੁਲਾਬ ਜਾਮੁਨ ਉਸਕੋ ਲੇਕਰ ਦੀਏ ਉਨ ਬਾਬਾ ਜੀ ਕੋ, ਲੈ ਕੇ ਚਲੇ ਗਏ। ਪਰ ਮਤਲਬ ਕਿ ਮੇਰੀ ਨਾ ਆਖੇ ਭਰ ਗਈ ਕਿ ਕਿਆ ਉਮਰ ਹੈ ਜੇ, ਮੈਂ ਮੇਰੇ ਤੋਂ ਖੁਦ ਹੀ ਟੈਨਸ਼ਨ ਪੜ ਗਈ ਆਪਣੇ ਦਿਮਾਗ ਪਰ ਬਾਬਾ ਜੀ ਕੋ ਦੇਖ ਕਰ। ਤੋ ਮੈਂ ਆਪ ਸਭ ਕੇ ਆਗੇ ਨਾ ਰਿਕੁਐਸਟ ਕਰਨਾ ਚਾਹਤੀ ਹੂੰ, ਆਪਕੋ ਕੋਈ ਵੀ ਬਜ਼ੁਰਗ ਐਸਾ ਕੋਈ ਵੀ ਦਿਖੇ, ਪਲੀਜ਼ ਆਪ ਨਾ ਉਨਕੋ ਖੁਦ ਪੁੱਛੀਏ ਕਿ ਆਪਕੋ ਕੁਛ ਖਾਣਾ ਹੈ, ਅਗਰ ਵੋ ਖੜੇ ਦਿਖੇ ਆਪਕੋ ਕਹੀਂ। ਤੋ ਇਸਸੇ ਬੜੀ ਕੋਈ ਸੇਵਾ ਨਹੀਂ ਹੈ, ਉਸ ਪਰਮਾਤਮਾ ਕੀ ਰਹਿਮਤ ਬਰਸੇਗੀ ਆਪ ਸਭ ਪਰ। ਤੋ ਪਲੀਜ਼ ਮੈਂ ਦੁਹਰਾਉਂਗੀ ਵਹੀ ਬਾਤ, ਆਪ ਜਰੂਰ ਪੁੱਛੀਏ, ਖਿਲਾ ਦੀਜੀਏ ਉਸ ਬਜ਼ੁਰਗ ਕੋ, ਕੋਈ ਵੀ ਹੈ ਮਤਲਬ ਬੱਚੇ ਵੀ ਹੋਤੇ ਹੈ, ਤੋ ਆਪ ਖਿਲਾਈਏਗਾ ਜਰੂਰ ਉਸਕੋ। ਤੋ ਠੀਕ ਹੈ ਜੀ, ਅਗਰ ਆਜ ਕੀ ਵੀਡੀਓ ਆਪਕੋ ਅੱਛੀ ਲੱਗੀ ਤੋ ਆਪ ਲਾਈਕ ਕਰੇ, ਸ਼ੇਅਰ ਕਰੇ, ਔਰ ਹਮਾਰੇ ਦੇਸੀ ਕਿਚਨ ਚੈਨਲ ਕੋ ਪਲੀਜ਼ ਸਬਸਕ੍ਰਾਈਬ ਜਰੂਰ ਕਰੇ। ਤੋ ਠੀਕ ਹੈ ਜੀ, ਫਿਰ ਮਿਲੇਗੀ ਕਿਸੀ ਅਗਲੀ ਵੀਡੀਓ ਮੇਂ।